मेरे वालों सारिया प्यार भरी सत श्री अकाल जी। पेंडू जासी इन आस्ट्रेलिया विच तुहाडा स्वागत है। जे तुसी अजे तक मेरे चैनल नूं सबसक्राइब नहीं किया तो रैड बटन नूं दब के ग्रे कर दिओ। तो जे तुसी मेरियां वीडियो लाइक करते हैं लाइक का बटन जरूर दबो तो गाहां शेयर जरूर करो। अज असी बनावांगे पैनकेक, मैं बनाऊंगी पैनकेक ओट्स दे। सो आओ आप सारे मिल के पैनकेक बनाईए। सब तो पहला पैनकेक बनाने लई आपां एक कप ओट्स लवांगे। दो मैं बनाने पा ले ब्लेंडर दे विच। थोड़ा जिहा आपां पावांगे वनीला फ्लेवर फ्लेवर लई। एक टीस्पून वनीला फ्लेवर पावांगे। दो टीस्पून आपां बेकिंग पाउडर दे विच पाउणे आ। असी एगलेस बनावांगे, अंडा नहीं विच पाउणा हैगा। जिदा जे तुसी दो अंडे पाउणे होण, हांजी जिहड़े अंडे वाले बनाउंदे आ ओह दो अंडे पा सकदे आ। ते असी दो चमचे पावांगे वड्डे, जिदा कच्छी वांगे वड्डा चमचा देखो। ते असी पावांगे विच इह दो वड्डे चमचे दही दे विच पाउणे आ। असी लैक्टोज फ्री दही विच पावांगे। असी करके इह वी वरतीदा, इनू चंगी तरह मिक्स कर लेना ब्लेंडर दे विच पा के। आपा बटर दे विच बनावांगे इनू। ते इहदा पैन दे विच बटर ला लेना है किसी भी फ्राई पैन दे विच। ते फिर आपा टिशू दे नाल जे ज़्यादा आ उहनू माड़ा जिहा चुक देना है। इहदा जाने ग्रीसी जिहा पैन होना चाहीदा आ। जे तुहाडा बटर जिहड़ा आ मिक्सचर बनाया जे उह हैगा आ गाढ़ा, उहदे विच थोड़ा जिहा दुध पा लओ। ते हुण मैं तुहानू दिखाऊंगी बटर किद्दां दा होना चाहीदा आ। आपां इहदा किसी कप दे नाल जां उहदा ही सीधा उहदे विच्चों जग दे विच्चों वी तुसीं पा सकदे आ। मैं छोटा कप लिया, हाफ कप जिहड़ा हुंदा आ। जे तुसीं अपनी जां कड़छी लै लओ, किसी भी चीज़ नाल कर लओ, जां सीधा ही जग दे विच्चों वी तुसीं पा सकदे आ। ਇਹ ਥੋੜ੍ਹਾ ਜਿਹਾ ਥਿੱਕੇ ਰੱਖੀਦਾ ਆ, ਕਰਕੇ ਇਹਦੇ ਵਿੱਚ ਓਟਸ ਹੁੰਦੇ ਆ ਨਾ ਤਾਂ ਇਹ ਥਿੱਕੇ ਲੱਗਦਾ ਹੁੰਦਾ ਇੱਦਾਂ। ਕਿਉਂਕਿ ਜੇ ਆਪਾਂ ਮੈਦੇ ਦੇ ਜਿਹੜੇ ਬਣਾਉਂਦੇ ਹਾਂ ਨਾ ਉਹ ਹੁੰਦੇ ਆ ਜਿੱਦਾਂ ਪਤਲਾ ਜਿਹਾ ਥੋੜ੍ਹਾ ਘੋਲ, ਇਹ ਆਪਾਂ ਓਟਸ ਦੇ ਬਣਾਏ ਆ ਹੈਲਥੀ, ਇਸ ਕਰਕੇ ਇਹ ਥੋੜ੍ਹਾ ਥਿੱਕੇ ਹੀ ਹੁੰਦਾ ਆ। ਜਦੋਂ ਵਿੱਚ ਹੈ ਨਾ ਇੱਦਾਂ ਗਲੀਆਂ ਜਿਹੀਆਂ ਬਣ ਜਾਂਦੀਆਂ ਬਬਲ ਜਿਹੇ, ਫਿਰ ਆਪਾਂ ਇਹਨੂੰ ਦੂਜੇ ਪਾਸੇ ਨੂੰ ਥੱਲਣਾ ਆ, ਫਿਰ ਰੈਡੀ ਹੁੰਦੇ ਆ। ਅਤੇ ਹੁਣ ਆਪਾਂ ਇਹਨੂੰ ਦੂਜੇ ਪਾਸੇ ਨੂੰ ਫਲਿੱਪ ਕਰ ਦੇਵਾਂਗੇ। ਜਿੱਦਾਂ ਬਬਲ ਜਿਹਾ ਹੋਇਓ ਵਾ, ਫਿਰ ਇਹਨਾਂ ਨੂੰ ਫਲਿੱਪ ਕਰਨਾ ਥੱਲਣਾ ਆ ਦੂਜੇ ਪਾਸੇ ਨੂੰ। ਦੇਖੋ ਜਦੋਂ ਇੱਦਾਂ ਬਬਲ ਜਿਹੇ ਆ ਜਿਹੜੇ ਪੋਪ ਹੋ ਜਾਂਦੇ ਆ ਇੱਦਾਂ, ਹੈ ਨਾ ਗਲਗਈਆਂ ਹੋ ਜਾਂਦੀਆਂ ਆ, ਫਿਰ ਥੱਲਣਾ। ਮੈਂ ਤਾਂ ਬਾਰ ਬਾਰ ਦੱਸਦੀ ਪਹਿਲਾਂ ਨਾ ਥੱਲ ਲਿਓ। ਇੱਦਾਂ ਦੇਖ ਲੈਣਾ ਮਾੜਾ ਜਿਹਾ ਥੱਲ ਕੇ ਅਤੇ ਦੂਜਾ ਪਾਸਾ ਹੋਇਆ ਆ, ਕਿਉਂਕਿ ਇਹ ਸਲੋ 'ਤੇ ਕਰਨੇ ਆ। ਜੇ ਆਪਾਂ ਹੀਟ ਹਾਈ 'ਤੇ ਬਹੁਤ ਹੋ ਗਈ ਨਾ ਇੱਦਾਂ ਫਿਰ ਥੱਲੇ ਉਹ ਜਲ ਜਿਹੇ ਜਾਂਦੇ ਆ। ਹੁਣ ਮੈਂ ਵੱਡੇ ਚੁੱਲ੍ਹੇ 'ਤੇ ਰੱਖੇ ਉਹ ਆ, ਇਹ ਹੈਗਾ ਆ ਮੀਡੀਅਮ ਸਲੋ 'ਤੇ ਚੱਲਦਾ ਆ। ਜਿਹੜੇ ਓਟਸ ਨਾਲ ਬਣੇ ਉਹ ਆ ਬਨਾਨਾ ਵਿੱਚ ਪਾਏ ਆ। ਇਹਦੇ ਵਿੱਚ ਆਪਾਂ ਸ਼ੂਗਰ ਨਹੀਂ ਪਾਈ ਹੈਗੀ। ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਕੇ ਰੱਖ ਲਿਆ ਆ। ਇੱਦਾਂ ਹੀ ਆਪਾਂ ਹੋਰ ਬਣਾਈ ਜਾਵਾਂਗੇ ਨਾਲ ਨਾਲ, ਅਤੇ ਫਿਰ ਤੁਹਾਨੂੰ ਸਰਵ ਕਰਕੇ ਵੀ ਦਿਖਾਵਾਂਗੇ। ਦੇਖੋ ਆਪਾਂ ਸਿੱਧਾ ਹੀ ਜੱਗ ਦੇ ਨਾਲ ਹੀ ਜੇ 'ਚ ਆਪਾਂ ਕੀਤਾ ਆ ਬਲੈਂਡ, ਉਹਦੇ ਵਿੱਚ ਹੀ ਉਹਦੇ ਨਾਲ ਹੀ ਪਾ ਸਕਦੇ ਜੱਗ ਦੇ ਨਾਲ ਹੀ, ਹੈ ਨਾ। ਜਦ ਤੁਸੀਂ ਕੋਈ ਕੱਪ ਲੈ ਲਓ ਮਰਜ਼ੀ ਹੈ, ਵੱਡੇ ਬਣਾ ਲਓ ਛੋਟੇ ਬਣਾ ਲਓ। ਮੈਂ ਪਲੇਟ ਦੇ ਵਿੱਚ ਪਹਿਲਾਂ ਪੈਨ ਕੇਕ ਰੱਖ ਲਏ ਆ, ਅਤੇ ਇੱਧਰ ਇਹਨਾਂ ਦੇ ਵਿੱਚੋਂ ਤੁਸੀਂ ਜੋ ਵੀ ਮਰਜ਼ੀ ਉੱਤੇ ਲਾ ਸਕਦੇ ਆ, ਆਲਮੰਡ ਚੀਆ, ਮੈਪਲ ਸਿਰਪ, ਸਟੋਬਰੀ ਜੈਮ, ਬਲੂਬਰੀ ਜੈਮ, ਮੈਮਲੇਡ, ਅਤੇ ਮੈਂ ਫਰੈਸ਼ ਸਟੋਬਰੀਜ਼ ਵੀ ਲੈ ਲਈਆਂ ਆ, ਫਰੈਸ਼ ਸਟੋਬਰੀਜ਼। ਆਹ ਕੋਲ ਪੈਨ ਕੇਕ ਰੱਖ ਲਏ ਆ, ਅਤੇ ਹੁਣ ਮੈਂ ਬਣਾ ਕੇ ਕੌਫੀ ਦੇ ਨਾਲ ਖਾਊਂਗੀ। ਹੁਣ ਮੈਂ ਇੱਕ ਦੇ ਉੱਤੇ ਆਲਮੰਡ ਚੀਆ ਲਾਊਂਗੀ,
ਤੇ ਦੂਸਰੇ ਦੇ ਉੱਤੇ ਜੈਮ ਲਾਉਂਗੀ। ਸੋ ਇੱਕ ਜ਼ਿਆਦਾ ਹੈਲਥੀ ਬਣਾਉਂਗੀ, ਇੱਕ ਥੋੜ੍ਹਾ ਜਿਹਾ ਸਵੀਟ ਵਾਲਾ ਵੀ ਬਣਾਉਂਗੀ, ਹੈ ਨਾ। ਵਿੱਚ ਅਸੀਂ ਸ਼ੂਗਰ ਪਾਈਓ ਨਹੀਂ ਹੈਗੀ। ਉੱਤੇ ਮੈਂ ਸਟ੍ਰੋਬਰੀਜ਼ ਪਾ ਲਈਆਂ ਆ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਪਾ ਲਓ, ਪਰ ਸਟ੍ਰੋਬਰੀਜ਼ ਨਾਲ ਬਹੁਤ ਨਾਈਸ ਲੱਗਦਾ ਆ, ਸਵਾਦ ਲੱਗਦੇ ਜ਼ਿਆਦਾ। ਮੈਨੂੰ ਲੱਗਦਾ ਤੁਸੀਂ ਵੀਡੀਓ ਨੂੰ ਬਹੁਤ ਲਾਈਕ ਕਰੋਗੇ, ਆਪਣੇ ਘਰਾਂ ਦੇ ਵਿੱਚ ਬਣਾ ਕੇ ਜ਼ਰੂਰ ਖਾਓ। ਇਹ ਬਹੁਤ ਹੈਲਥੀ ਹੁੰਦੇ ਆ। ਜਦੋਂ ਵੀ ਬੱਚੇ ਇੱਦਾਂ ਕੋਈ ਚੀਜ਼ ਮੰਗਦੇ ਆ, ਪੈਨਕੇਕ ਮੰਗਦੇ ਆ, ਤੁਸੀਂ ਪਲੇਨ ਫਲਾਵਰ ਨਾਲੋਂ ਓਟਸ ਦੇ ਬਣਾਓ ਅਤੇ ਨਾਲ ਉੱਤੇ ਫਰੂਟ ਪਾ ਕੇ ਦਿਓ। ਓਕੇ ਜੀ, ਹੈ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੇ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਤਾਂ ਲਾਈਕ ਦਾ ਬਟਨ ਜ਼ਰੂਰ ਦੱਬਿਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।